ਸਤਿ ਸ਼੍ਰੀ ਅਕਾਲ 15 ਜੁਲਾਈ 2019 ਵਿੱਚ ਜਿਹੜੀ ਇੱਕ ਮਨਰੇਗਾ ਸਕੀਮ ਦੇ ਅੰਡਰ ਜਿਹੜੀ ਅਸੀਂ ਫੋਰੈਸਟ ਲਗਾਈ ਸੀ ਖੋਖਰ ਕਲਾਂ ਮਾਨਸਾ ਦੇ ਵਿੱਚ ਅੱਜ ਮਨਦੀਪ ਜੀ ਜਿਹੜੇ ਇੱਥੋਂ ਦੇ ਇੰਚਾਰਜ ਨੇ ਮਨਰੇਗਾ ਦੇ ਨਾਲ ਇਹਨਾਂ ਨੇ ਸਾਨੂੰ ਕਨੈਕਟ ਕਰਾਇਆ ਅਤੇ ਆਪ ਇੱਥੇ ਹੱਥੀਂ ਕੰਮ ਕਰਾ ਕੇ ਜਿਹੜਾ ਇਹ ਜੰਗਲ ਲਗਾਇਆ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਖੋਖਰ ਕਲਾਂ ਗਊਸ਼ਾਲਾ ਦੇ ਵਿੱਚ। ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਜੁਲਾਈ 2019 ਵਿੱਚ ਤਕਰੀਬਨ ਇਹ ਪ੍ਰੋਜੈਕਟ ਜਿਹੜਾ ਪਹਿਲੀ ਵਾਰ ਲਾ ਦਿੱਤਾ ਸੀਗਾ, ਔਰ ਜੇ ਸਹੀ ਕਹੀਏ ਤਾਂ ਉਦੋਂ ਜਦੋਂ ਅਸੀਂ ਗੱਲਾਂ ਸੁਣਦੇ ਸੀ ਜਾਂ ਹੋਰ ਪਿਕਚਰ ਦੇਖਦੇ ਸੀ ਜਾਂ ਖੁਦ ਰਵਨੀਤ ਜੀ ਦੇ ਮੂੰਹੋਂ ਸੁਣਦੇ ਸੀਗੇ ਕਿ ਇਸਦੀ ਹਾਈਟ 10 ਗੁਣਾ ਜ਼ਿਆਦਾ ਹੁੰਦੀ ਹੈ ਦੂਜੇ ਪੌਦਿਆਂ ਨਾਲੋਂ, ਤਾਂ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਸੀਗਾ ਕਿ ਇਸ ਤਰ੍ਹਾਂ ਪੌਦੇ ਵੱਧ ਸਕਦੇ। ਜਦੋਂ ਸਟਾਰਟ ਕੀਤਾ ਤਾਂ ਈਵਨ ਸਾਨੂੰ ਵੀ ਸੀਗਾ ਕਿ ਅਸੀਂ ਇੰਨੇ ਨੇੜੇ ਲਗਾ ਦਿੱਤੇ ਨੇ ਔਰ ਇੱਕ ਪ੍ਰੋਜੈਕਟ ਪੂਰਾ ਲੈ ਰਹੇ ਹਾਂ, ਪਤਾ ਨਹੀਂ ਇਹ ਵੱਧ ਪਾਉਣਗੇ ਕਿ ਨਹੀਂ, ਜਾਂ ਥੋੜ੍ਹੇ ਜਿਹੇ ਵਧਣਗੇ ਤਾਂ ਇੱਕ ਦੂਜੇ ਨੂੰ ਇਹ ਫੈਲਾਅ ਕਿਵੇਂ ਕਰਨ ਦੇਣਗੇ, ਜਾਂ ਤੀਜੀ ਗੱਲ ਇਹ ਸੀ ਜੇ ਵੱਧ ਜਾਣਗੇ ਤਾਂ ਇੱਕ ਪੌਦਾ ਬਹੁਤ ਅੱਪ ਜਾਵੇ ਬਾਕੀ ਸਾਰੇ ਜਿਹੜੇ ਮਰ ਜਾਣਗੇ ਕੁਛ ਆ ਜਾਣਗੇ। ਸੋ ਇਹ ਤਿੰਨੇ ਗੱਲਾਂ ਜਿਹੜੀਆਂ ਸਟੈਪ ਬਾਈ ਸਟੈਪ ਸਾਡੀਆਂ ਕਲੀਅਰ ਹੁੰਦੀਆਂ ਰਹੀਆਂ। ਪੌਦੇ ਜਿਹੜੇ ਆਪਾਂ ਦੇਖ ਸਕਦੇ ਹਾਂ ਇੱਕ ਦੂਜੇ ਨਾਲ ਫੈਮਿਲੀ ਤਰ੍ਹਾਂ ਹੀ ਵੱਧ ਰਹੇ ਨੇ, ਚਾਹੇ ਉਹ ਬ੍ਰਾਂਚਿਸ ਇੱਕ ਦੂਜੇ ਦੇ ਵਿੱਚ ਜਾ ਰਹੇ ਨੇ, ਬਟ ਅੱਪ ਜਾ ਰਹੇ ਨੇ। ਗਰੋਥ ਕਿਸੇ 'ਤੇ ਕੋਈ ਫਰਕ ਨਹੀਂ ਪਿਆ, ਤੁਸੀਂ ਦੇਖ ਸਕਦੇ ਹੋ ਹਾਈਟ ਕਿੰਨੀ ਹੈ ਐਗਜੈਕਟ। ਜੇ ਆਪਾਂ ਡੇਟ ਨਾਲ ਵੀ ਕੰਪੇਅਰ ਕਰੀਏ 15 ਮਹੀਨਿਆਂ ਦਾ ਪੌਦਾ ਜੇ 15-20 ਫੁੱਟ ਅੱਪ ਜਾ ਰਿਹਾ ਤਾਂ ਉਹ ਕਿਸੇ ਰੀਜ਼ਨ ਕਰਕੇ ਜਾ ਰਿਹਾ, ਔਰ ਵਿਦਇਨ ਜਿਹੜੇ 3000 ਪੌਦੇ ਉਹਦੇ ਨਾਲ ਹੈਗੇ ਆ ਉਸ ਨੂੰ ਨਾਲ ਲੈ ਕੇ ਜਾ ਰਿਹਾ। ਸਾਨੂੰ ਮਾਰਚ ਤੱਕ 2020 ਦੀ ਮੈਂ ਗੱਲ ਕਰਦਾ, ਸਰਦੀ ਬਹੁਤ ਸੀ, ਪੱਤੇ ਗਿਰੇ, ਸਾਨੂੰ ਐਂ ਲੱਗ ਰਿਹਾ ਸੀਗਾ ਕਿ ਇਹ ਗਰੋ ਕਿਵੇਂ ਕਰੇਗਾ। ਚਲੋ ਹਜੇ ਤਾਂ ਪੱਤੇ ਕੱਢੇਗਾ ਕਿਵੇਂ, ਗਰੋ ਤਾਂ ਬਹੁਤ ਦੀ ਗੱਲ ਹੈ। ਔਰ ਲਾਸਟ 4 ਮਹੀਨੇ ਮੇਰੇ ਪਿੱਛੇ ਤੁਸੀਂ ਪੌਦੇ ਦੇਖ ਸਕਦੇ ਹੋ, ਔਰ ਇਹ 10 ਗੁਣਾ ਕਹਿੰਦੇ ਆ। ਮੈਂ ਕਹਿਣਾ ਵੀ 20-25 ਤੋਂ ਵੀ ਅਵੱਬ ਜਿਹੜੀ ਹੈਗੀ ਹੈ ਮੈਂ ਗਰੋਥ ਦੇਖੀ ਇਹਨਾਂ ਦੀ, ਔਰ ਅਸੀਂ ਅੱਖੀ ਦੇਖੀ ਹੈ। ਜੁਲਾਈ ਮੇਰੇ ਤਾਂ ਯਾਦ ਹੈ ਕਿਉਂਕਿ ਇੱਥੇ ਰਣਜੀਤ ਜੀ ਨਾਲ ਰਲ ਕੇ ਅਸੀਂ ਪੌਦੇ ਲਾਏ ਸੀ, ਔਰ ਮਹੀਨੇ ਦਰ ਮਹੀਨੇ ਅਸੀਂ ਇਹਨੂੰ ਦੇਖਦੇ ਆਏ ਹਾਂ ਕਿ ਵੱਧ ਕਿਵੇਂ ਰਿਹਾ, ਇਹਨੂੰ ਪਾਣੀ ਕਿਵੇਂ ਜਾ ਰਿਹਾ। ਔਰ ਜੋ ਗੱਲਾਂ ਅਸੀਂ ਸੁਣੀਆਂ ਕਿ ਪੱਤੇ ਆਪਣੇ ਆਪ ਮਨਿਓਰ ਕ੍ਰੀਏਟ ਹੋ ਰਹੇ ਨੇ ਜਾਂ ਅੱਗੇ ਜਾ ਕੇ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ, ਉਹ ਅੱਜ ਸਾਨੂੰ ਅੱਖੀ ਦੇਖਣ ਨੂੰ ਮਿਲ ਰਹੀਆਂ ਨੇ। ਜਿਸ ਤਰ੍ਹਾਂ ਆਪਣੇ ਪੰਜਾਬ ਦੀ ਲੈਂਡ ਹੈ ਨਾ, ਜ਼ਿਆਦਾਤਰ ਬਹੁਤ ਆਪਾਂ ਖੁੱਲੀਆਂ ਜਗ੍ਹਾ ਛੱਡੀਆਂ ਨੇ, ਤਾਂ ਜੰਗਲ ਦਾ ਜਿਹੜਾ ਰਕਬਾ ਹੈ ਆਪਣਾ ਬਹੁਤ ਥੋੜ੍ਹਾ ਸੀ ਪਹਿਲਾਂ ਹੀ, ਹੁਣ ਉਹ ਵੀ ਹੋਰ ਘੱਟਦਾ ਸ਼ਰਿੰਕ ਹੁੰਦਾ ਜਾ ਰਿਹਾ। ਅਤੇ ਜਿਹੜੀ ਪਹਿਲਾਂ ਪਲਾਂਟੇਸ਼ਨ ਹੁੰਦੀ ਰਹੀ ਹੈ ਕਿ 10 ਅਸੀਂ ਵਾਟਰ ਵਰਕਸ ਚਲਾਤੇ, 10 ਬੂਟੇ ਲਾਤੇ, ਏਰੀਆ ਬਹੁਤ ਕਵਰ ਕਰ ਲੈਂਦੇ, ਲੇਕਿਨ ਪੌਦੇ ਕੁਛ ਵੀ ਨਹੀਂ ਨਿਕਲ ਕੇ ਆਉਂਦੇ। ਸੋ ਇਹ ਕੰਸੈਪਟ ਇਸ ਤਰ੍ਹਾਂ ਦਾ, ਜੇ ਹੁਣ ਮੈਂ ਇੱਥੋਂ ਦੀ ਗੱਲ ਕਰਾਂ ਤਾਂ 200 ਸਕੁਆਇਰ ਮੀਟਰ 550 ਪੌਦੇ ਲੱਗੇ ਹੋਏ ਨੇ, ਔਰ ਇਹਦੀ ਜਿਹੜੀ ਆਕਸੀਜਨ ਪੈਦਾ ਹੋਏਗੀ ਪਿੰਡ ਨੂੰ ਜਾਏਗੀ ਉਹ ਕਿਤੇ ਮੱਚ ਬੈਟਰ ਹੈ ਜਿਹੜੇ ਅਸੀਂ 10-10 ਲਗਾਵਾਂਗੇ, ਏਰੀਆ ਘੱਟ ਲੱਗੇਗਾ। ਔਰ ਸਭ ਤੋਂ ਬੈਟਰ ਇਹ ਹੈ ਕਿ ਜਿਹੜੀ ਸਾਡੇ ਪਿੰਡ ਨੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਬੱਚੇ ਜੰਗਲ ਦੇਖਣਾ ਜਾਂ ਬੱਚੇ ਜਿਹੜੇ ਆ ਪੁਰਾਣੇ ਰੁੱਖ ਦੇਖਣਾ ਚਾਹੁੰਦੇ ਨੇ ਉਹ ਉੱਥੇ ਜਿਹੜਾ ਹੈਗਾ ਟੈਂਡ ਮਿਲ ਚਾਹੁੰਦੇ। ਔਰ ਜਿਹੜੀ ਅਸੀਂ ਜੇ ਗਵਰਨਮੈਂਟ ਮਨੀ ਉਹ ਲਾਈਏ ਤਾਂ ਜਿਹੜੀ ਕੋਸਟਿੰਗ ਹੈ ਇਹਦੀ ਮੇਨਟੇਨੈਂਸ ਦੀ ਬਹੁਤ ਘੱਟ ਹੈ। ਵੀਡਿੰਗ ਜ਼ਰੂਰ ਸਟਾਰਟਿੰਗ 'ਚ ਅਸੀਂ ਕਰਾਈ ਹੈ, ਉਸ ਤੋਂ ਬਾਅਦ ਵੀਡਿੰਗ ਦਾ ਵੀ ਹੋਊਗਾ ਜਦੋਂ ਆਪ ਪਰਾਲੀ ਪਾ ਦਿੱਤੀ ਹੈ, ਅਤੇ ਹੁਣ ਸਿਰਫ ਸਾਡਾ ਪਾਣੀ ਪੈ ਰਿਹਾ ਇਹਦੇ ਵਿੱਚ। ਪਾਣੀ 2 ਟਾਈਮ ਸੁਬਹਾ ਹੈ ਜਾਂ ਹੁਣ ਸਰਦੀਆਂ, ਚਲੋ 1-2 ਜਾਂ 2 ਦਿਨ ਛੱਡ ਕੇ ਹੈ, ਤਾਂ ਉਦੋਂ ਬਾਅਦ ਹੋਰ ਅਸੀਂ ਕੋਈ ਨਹੀਂ ਖਰਚ ਕਰ ਰਹੇ। ਸੋ ਅੱਡ ਅੱਡ ਜਾ ਕੇ ਪਾਉਣ ਨਾਲੋਂ ਤੁਹਾਨੂੰ 550 ਪੌਦਾ ਇੱਕ ਹੀ ਮਿਲ ਰਿਹਾ, ਔਰ ਸਿਰਫ ਇੱਕ ਬੰਦਾ ਹੀ ਨਹੀਂ ਸਵੇਰੇ ਸ਼ਾਮ ਪਾਣੀ। ਬਹੁਤ ਗੱਲਾਂ ਵਧੀਆ ਲੱਗੀਆਂ, ਜਿਵੇਂ ਬੋਹੜ ਦੇ ਦਰਖਤ ਸੀਗੇ, ਜਿਹੜਾ ਬੋਹੜ ਦਾ ਦਰਖਤ ਲੱਗੇ ਹੋਏ ਵਿੱਚ ਬੋਹੜ ਨੇ 7-8 ਮਹੀਨੇ ਦੇ ਨੇ ਫਰੂਟ ਦਿੱਤਾ ਜੀ, ਜਿਵੇਂ ਬੋਹੜ ਘੱਟੋ ਘੱਟ 4-5 ਸਾਲ ਲਾਉਂਦਾ ਜੀ ਫਰੂਟ ਦੇਣ ਵਾਸਤੇ। ਹਾਂਜੀ, ਬਾਕੀ ਪਿਲਕਣ ਦੇ ਦੇਖੋ, ਬੇਰੀ ਤੇ ਵੀ ਦੇਖ ਲਓ ਜੀ, ਬੇਰੀ ਨੇ ਵੀ ਮਤਲਬ ਹੁਣੇ ਫਰੂਟ ਦੇਣ ਲੱਗ ਗਈ, ਬੇਰੀ ਵੀ ਇੰਨੀ ਜਲਦੀ ਫਰੂਟ ਨਹੀਂ ਦਿੰਦੇ। ਹਾਂਜੀ, ਬਾਕੀ ਸਰ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਹੈ ਜੀ, ਤਿੱਤਲੀਆਂ ਬਹੁਤ ਜ਼ਿਆਦਾ, ਚਿੜੀਆਂ ਜੀ, ਬਾਕੀ ਆਹ ਹੁਣ ਆਪਾਂ ਦੇਖਦੇ ਸੀ ਪਿੱਛੇ ਪੰਛੀਆਂ ਦੀਆਂ ਆਵਾਜ਼ਾਂ ਆ ਜਾਂਦੀਆਂ ਸੀ, ਤਕਰੀਬਨ ਸ਼ਾਮ ਨੂੰ ਜਾਂ ਸਵੇਰੇ ਕਾਫੀ ਚਿੜੀਆਂ ਉਰੇ ਆਉਂਦੀਆਂ। ਮੈਂ ਵੀ ਇੱਥੇ ਦੇਖੇ ਕੋਈ ਵੱਖ ਵੱਖ ਤਰ੍ਹਾਂ ਦੇ ਟਿੱਡੇ ਨੇ, ਜਿਹੜੇ ਗ੍ਰਾਸਹੋਪਰ ਫੈਮਿਲੀ ਬੀਟਲ ਫੈਮਿਲੀ ਚੋਂ, ਜ਼ਮੀਨ ਤੇ ਵੀ ਰਿੰਗਣ ਵਾਲੇ ਛੋਟੇ ਛੋਟੇ ਜੀਵ ਜੰਤੂ ਬਥੇਰੇ ਨੇ, ਤੇ ਮਿੱਟੀ ਦੇ ਅੰਦਰ ਵੀ ਕਾਫੀ ਸਾਰੇ ਇਹਦੇ ਜੀਵ ਜੰਤੂ ਨੇ। ਤੇ ਆਉਣ ਵਾਲੇ ਸਮੇਂ 'ਚ ਅਸੀਂ ਉਮੀਦ ਰੱਖਦੇ ਹਾਂ ਕਿ ਹੋਰ ਵੀ ਗਵਰਨਮੈਂਟ ਦੇ ਨਾਲ, ਗਵਰਨਮੈਂਟ ਸਕੀਮਸ ਦੇ ਅੰਡਰ ਜਿੰਨੇ ਵੀ ਪੰਜਾਬ ਦੇ ਵਿੱਚ ਅਸੀਂ ਜੰਗਲ ਲਗਾਈਏ, ਸਾਡੀ ਬਹੁਤ ਜਿਹੜੀ ਖੁਸ਼ੀ ਵਧੂਗੀ। ਅਸੀਂ ਮਨਰੇਗਾ ਸਕੀਮ ਦੇ ਬੜੇ ਧੰਨਵਾਦੀ ਹਾਂ ਕਿ ਪੰਜਾਬ ਦੇ ਜਿੰਨੇ ਜੰਗਲ ਸਾਡੇ ਲੱਗੇ ਇਸ ਟਾਈਮ, ਉਹਨਾਂ ਨੇ ਪੰਜਾਬੀਆਂ ਨੂੰ ਬਹੁਤ ਵੱਧ ਚੜ ਕੇ ਸਹੂਲੀਅਤ ਤੇ ਜਿਹੜੀ ਆਪਣੀ ਇਨਵੋਲਵਮੈਂਟ ਦਿਖਾਈ ਹੈ, ਤੇ ਇਦਾਂ ਹੀ ਰਲ ਮਿਲ ਕੇ ਅਸੀਂ ਅੱਗੇ ਵਧਦੇ ਰਹਾਂਗੇ, ਤੇ ਪੰਜਾਬ ਵਿੱਚ ਜਿੰਨੇ ਵੱਧ ਤੋਂ ਵੱਧ ਇਦਾਂ ਦੇ ਆਕਸੀਜਨ ਦੇ ਜਿਹੜੇ ਫੇਫੜੇ ਨੇ, ਆਕਸੀਜਨ ਦਾ ਲੰਗਰ ਜਿਹੜਾ ਹਰ ਜਗ੍ਹਾ ਅਸੀਂ ਲਾਉਣਾ ਸ਼ੁਰੂ ਕਰੀਏ। ਧੰਨਵਾਦ।